डेविड वार्नर सुन के जरा असी मैच फिक्सिंग करना नहीं हुण किसे कोलो हरना नहीं हर मैच ही जुतना ए वर्ल्ड कप ले जाना है देस ए हुण असी वर्ल्ड कप लै के जाना समझ आ गई ਕੱਲ ਸਾਊਥ ਅਫਰੀਕਾ ਜਾਂ ਫਿਰਕੀ ਮਾਰ ਕੇ ਹਰਾਇਆ ਤੇ ਹੁਣ ਅਸੀਂ ਵੀ ਦਾਦੀ ਅੱਜ ਚੁੱਲੀ ਤੂਰ ਤੇ ਕਰਨੀ ਹੈ 1:30 ਵਜੇ ਮੈਂ ਕੱਪ ਜਿਹੜਾ ਨਾ ਉਹ ਬੜਾ ਬੰਨ ਕੇ ਦੇਣਾ ਵਾ ਪਟੋਕਲੀ ਇੱਥੋਂ ਤੈਨੂੰ ਬੜੀ ਕਾਲ ਕੱਪ ਲੈ ਜਾਣ ਦੀ ਮੈਚ ਫਿਕਸਿੰਗ ਨਹੀਂ ਕਰਨਾ ਕਾਸ਼ਰਮ ਨੂੰ ਮੈਂ ਹੁਣ ਫੋਨ ਕਰਨਾ ਔਰ ਆਖਣਾ ਬਸ ਥੋੜਾ ਰੁਪਈਆ ਦਾ ਮੇਨ ਦੇ ਤੇ ਮੈਚ ਤੇਰਾ ਅੱਡੇ ਹੁਣ ਕਾਸ਼ਰਫ ਹੋਵੇ ਜਾਂ ਗਬਾ ਅਸ਼ਰਫ ਹੋਵੇ ਜਿਹੜਾ ਇੱਦੇ ਲੱਗਾ ਨਾ ਉਹਦੀ ਮੈਂ ਚੁਟੜੀਆਂ ਸੇਕ ਸਾ ਸਾਲਿਆਂ ਵਾਜ ਤੁਸੀਂ ਨਾ ਬਚਦੇ ਸਾਡੇ ਕੋਲ ਸ਼ੈਨ ਫਰੀਦੀਨ ਬੜੀ ਕੌੜ ਹੈ ਪਿਛਲੇ ਮੈਚਾਂ ਚ ਦੀ ਮੇਰਾ ਨਾ ਹੀ ਪੇਟ ਚੈਂਪੀਅਨ ਸਮਝ ਆ ਗਈ ਚਾਕੂ ਮੈਂ ਜੇਬ ਵਿੱਚ ਰੱਖਣਾ ਤੇ ਤੇਰਾ ਅੱਜ ਪੇ ਚੱਕ ਮੈਂ ਘਰ ਛੱਡਣਾ ਚਾਰ ਛੱਕੇ ਤੇ ਨੇਕ ਓਵਰ ਚ ਮੈਂ ਪੇਲਨੇ ਨੇ ਦੋ ਚੌਕੇ ਸੁਤਰਾਗ ਤੇ ਨਾ ਜਿਹੜਾ ਨਾ ਥੋੜਾ ਮੈਂ ਅਏ ਕੀ ਚੁੱਢਣਾ ਹੈ ਤੇਰਾ ਨਾ ਪੇਟ ਚੈਂਪੀਅਨ ਹੈ ਤੂੰ ਕੀ ਬਿਜਲੀ ਨੂੰ ਹੱਥ ਲਾ ਲੈਨਾ ਹੈ ਹੈ ਉੱਡਦੇ ਕਾਂਡੇ ਪਰ ਗੇਲ ਲੈਨਾ ਹੈ ਅੱਜ ਅੱਜ ਇਫਤਖਾਰ ਦਾ ਬੱਲਾ ਚੱਲੇ ਦਾ ਤੇ ਆਸਟ੍ਰੇਲੀਆ ਵਾਲਿਆਂ ਦੀ ਟੀਮ ਖਲੋ ਕੇ ਵੇਖਣ ਦੇ ਅਨੀਆਂ ਵੀ ਗਰਾਉਂਡ ਵਿੱਚ ਖਲੋ ਕੇ ਵੇਖਣ ਦੀ ਅੱਜ ਇਫਤਖਾਰ ਪੇਲਿਆ ਆਇਆ ਚਾਚੂ ਜੀ ਡਾਡੀ ਹੁਣ ਵਡੇਰੀ ਉਮਰ ਹੋ ਗਈ ਹੈ ਤੁਸੀਂ ਕੀ ਖੇਡਣਾ ਹੈ ਵਿਚਲੀ ਕਿੱਲੀ ਦਵਾਡੀ ਮੈਂ ਪਟਣੀ ਹੈ ਸਿੱਧੀ ਐਨ ਨੁੱਕਰ ਚੋ ਲੱਗਣੀ ਹੈ ਗੇਂਦ ਵਾਰ ਇਸ ਕਿੱਲੀ ਫੜਕਾ ਕੇ ਪਰ ਤੁਸੀਂ ਆਖਣਾ ਹੋਇਆ ਕੀ ਹੈ ਮੇਰੇ ਨਾਲ ਤਿੰਨ ਤਾਂ ਮੈਂ ਹਰ ਓਵਰ ਛੇ ਛੱਕੇ ਮਾਰਨੇ ਨਹੀਂ ਸਮਝ ਆ ਗਈ ਪਿਛਲੇ ਮੈਚ ਦੀ ਵੀ ਬੜੀ ਸਨ ਕੌੜੇ ਮੈਚ ਹੋ ਗਿਆ ਫਿਕਸ ਐਸ ਵੈਰੀ ਫਿਕਸ ਹਮ ਕੋਈ ਨਹੀਂ ਡੇਵਿਡ ਵਾਰਨਰ ਤੇਰੀਆਂ ਵੀ ਮੁੱਛਾਂ ਜਿਹੜੀਆਂ ਨੇ ਨਾ ਸਿਰੀਆਂ ਕਰ ਲੈਨੇ ਆ ਇਹ ਤਾਂ ਕੋਈ ਜਮੀਆਂ ਹੀ ਨਹੀਂ ਜਿਹੜੀਆਂ ਮੇਰੀਆਂ ਮੁੱਛਾਂ ਨਾਲ ਆ ਜਾ ਸਮਝ ਆ ਗਈ ਅੱਜ ਮੁੜ ਆ ਜਾਵੇ ਜੀ ਅਸੀਂ ਵੀ ਚੈਂਪੀਅਨ ਆ ਪੰਜ ਕੱਪ ਜਿੱਤੇ ਨੇ ਯਾਦ ਰੱਖਿਆ